ਗਵਾਹ ਜਿਹੜੇ ਨੇ ਜਾਂ ਫਿਰ ਹੋਰ ਲੋਕ ਨੇ ਮੰਨ ਰਹੇ ਨੇ ਕਿ ਸਹੀ ਸਲਾਮਤ ਬੱਚਾ ਬਾਹਰ ਆਏ, ਇਸ ਤਰ੍ਹਾਂ ਦੇਖਦੇ ਹੋ ਕਿੰਨੀ ਕੁ ਨੈਗਲੀਜੈਂਸੀ ਮੰਨਦੇ ਹੋ ਵਿਭਾਗ ਦੀ ਵੀ ਇਸ ਪੂਰੇ? ਦੇਖੋ ਗੱਲ ਇਹ ਹੈ, ਇਹ ਨੈਗਲੀਜੈਂਸੀ ਦੀ ਕੋਈ ਗੱਲ ਨਹੀਂ, ਸਰਕਾਰ ਦਾ ਟੋਟਲ ਧਿਆਨ ਉੱਧਰ ਹੈ, ਸਾਰਾ ਪ੍ਰਸ਼ਾਸਨ ਉੱਥੇ ਖੜ੍ਹਾ, ਸਾਡੇ ਕੈਬਨਿਟ ਵਜ਼ੀਰ ਉੱਥੇ ਬੈਠੇ ਨੇ। ਜੋ ਜੋ ਵੇਖੋ ਇਹ ਕੁਦਰਤ ਦੀ ਖੇਡ ਹੈ, ਅਰਦਾਸ ਕਰ ਸਕਦੇ ਹਾਂ ਜੋ ਸਰਕਾਰ ਵੱਲੋਂ ਸਹੂਲਤ ਦੇਣੀ ਹੈ ਉੱਥੇ ਮੁਹੱਈਆ ਕਰਵਾਈ ਹੈ। DMC ਅੱਡ ਪ੍ਰਬੰਧ ਕੀਤਾ ਗਿਆ, PGI ਅੱਡ ਕੀਤਾ ਗਿਆ, ਲੋਕਲ ਸੰਗਰੂਰ ਹੋਸਪਿਟਲ 'ਚ ਅੱਡ ਕੀਤਾ ਗਿਆ, ਡਾਕਟਰਾਂ ਦੀ ਟੀਮ ਉੱਥੇ ਖੜੀ ਹੈ, ਟੋਟਲ ਮਸ਼ੀਨਰੀ ਜੋ ਸਰਕਾਰ ਦੀ ਹੈ ਉੱਥੇ ਮੌਕੇ 'ਤੇ ਖੜ੍ਹ ਰਹੇ ਹੈ। ਔਰ ਇਹਦੇ ਵਿੱਚ ਜੇ ਕੋਈ ਕਹੀਏ ਵੀ ਨਲੈਕੀ ਹੈ, ਨੈਗਲੀਜੈਂਸੀ ਹੈ, ਇਹ ਬਿਲਕੁਲ ਗਲਤ ਬਾਤ ਹੈ। ਡੀਪ ਹੈ, ਆਪਾਂ ਨੂੰ ਪਤਾ ਹੈ, ਟੈਕਨੀਕਲ ਹੈ, ਇਸ ਜ਼ੋਰ ਲਗਾ ਰਹੇ ਹੈ। ਟੋਟਲ ਮੇਰੇ ਖਿਆਲ ਦੇ ਵਿੱਚ ਇਸ ਜੋ ਬੱਚਾ ਨੀਚੇ ਗਿਆ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਹੁਤ ਚਿੰਤਤ ਹੈ, ਉਹ ਵੀ ਕਹਿ ਰਹੇ ਅਰਦਾਸ ਕਰੀਏ, ਜਿਤਨੀ ਸਰਕਾਰ ਕੀ ਕੋਈ ਵੀ ਜ਼ਿੰਮੇਵਾਰੀ ਹੈ, ਸਰਕਾਰ ਆਪਣੀ ਜ਼ਿੰਮੇਵਾਰੀ ਉੱਥੇ ਤੰਦ ਨਹੀਂ ਨਿਭਾ ਰਹੀ ਹੈ।